ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ PSPCL ਐਲਮ PSPCL ਅਪ੍ਰੈਂਟਿਸ਼ਿਪ ਅਤੇ ਪੀਐਸ ਪੀਸੀਐਲ ਦੇ ਵਿੱਚ ਅਨੇਕਾਂ ਆਉਣ ਵਾਲੀਆਂ ਭਰਤੀਆਂ ਦੀ ਜੋ ਤੁਸੀਂ ਤਿਆਰੀ ਸਾਡੇ ਕੋਲ ਬਿਲਕੁਲ ਫ੍ਰੀ ਆਫ ਕੋਸਟ ਕਰ ਸਕਦੇ ਹੋ ਉਹ ਨਾਲ ਹੀ ਕਲਾਸ ਅੱਜ ਲੈ ਕੇ ਆਇਆ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਦੇ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਜੀ ਸੋ ਕਿ ਆਫਰ ਚੱਲ ਰਹੀ ਹੈ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਆਪਣੇ ਮੋਬਾਈਲ ਫੋਨ ਤੇ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ 9646115144 ਇਸ ਨੰਬਰ ਤੇ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਤੁਹਾਨੂੰ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਮਿਲ ਜਾਣਗੀਆਂ ਜਿਸ ਦੇ ਵਿੱਚ 1000 ਤੋਂ 1200 ਦੇ ਕਰੀਬ ਟਾਪ ਦੇ MCQ ਹੋਣਗੇ ਜੀ ਟਾਪ ਦੇ ਖੁਦ ਤਿਆਰ ਕੀਤੇ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਇਹ ਆਫਰ ਹੈ ਇਸ ਤੋਂ ਬਾਅਦ ਹੋ ਸਕਦਾ ਰੇਟ ਜ਼ਿਆਦਾ ਵੀ ਹੋ ਜਾਵੇ ਜੀ ਇੱਕ ਵਾਰੀ ਤੁਸੀਂ ਜ਼ਰੂਰ ਲਓ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਤੁਹਾਡੇ ਸਕਰੀਨ ਤੇ ਹੈ ਜੀ ਕੰਡੈਕਸਰ ਦੀ ਕਪੈਸਿਟੀ ਕਿਸ ਤੇ ਨਿਰਭਰ ਕਰਦੀ ਹੈ ਕੰਡੈਕਸਰ ਦੀ ਕਪੈਸਿਟੀ ਕਿਸ ਤੇ ਨਿਰਭਰ ਕਰਦੀ ਹੈ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਚਾਰ ਆਪਸ਼ਨ ਹਨ ਪਹਿਲੀ ਹੈ ਪਲੇਟਾਂ ਦੇ ਖੇਤਰਫਲ ਦੂਸਰੀ ਹੈ ਪਲੇਟਾਂ ਦਾ ਆਪਸੀ ਫਾਸਲਾ ਤੀਸਰੀ ਹੈ ਡਾਈ ਇਲੈਕਟ੍ਰਿਕ ਤੇ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਇਹ ਹੈ ਜੀ ਪਲੇਟਾਂ ਦੇ ਖੇਤਰਫਲ ਤੇ ऑप्शन उड़ा जो कि इसका राइट आंसर है दोस्तों ठीक है जी चलो जी नेक्स्ट क्वेश्चन दीजिए क्वेश्चन नंबर है दो ਕਹ ਰਿਹਾ ਕਪੈਸਟੈਂਸ ਨੂੰ ਮਾਪਣ ਦਾ ਯੂਨਿਟ ਕਿਹੜਾ ਹੈ ਕਪੈਸਟੈਂਸ ਨੂੰ ਮਾਪਣ ਦਾ ਯੂਨਿਟ ਕਿਹੜਾ ਹੈ ਤਾਂ ਆਪਸ਼ਨਾਂ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਹੈਨਰੀ ਦੂਸਰੀ ਹੈ ਓਮ ਤੀਸਰੀ ਹੈ ਜੌਲ ਚੌਥੀ ਹੈ ਫੈਰਡ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਫੈਰਡ ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਫਾਇਰਡ ਚਲੋ ਜੀ ਆਪਾਂ ਚੱਲਦੇ ਆਇਆ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 3 ਕਹਿ ਰਿਹਾ ਹੈ ਟਰਾਂਸਫਾਰਮਰ ਵਿੱਚ ਬਰੀਦਰ ਕਿਸ ਕੰਮ ਲਈ ਹੁੰਦਾ ਹੈ ਬਹੁਤ ਵਾਰੀ ਇਹ ਮੈਂ ਕੁਐਸਚਨ ਕਰਾ ਚੁੱਕੇ ਹਾਂ ਤੇ ਪੇਪਰਾਂ ਵਿੱਚ ਵੀ ਬਹੁਤ ਵਾਰੀ ਰਿਪੀਟ ਹੋ ਚੁੱਕਾ ਹੈ ਇਹ ਕੁਐਸਟ ਫਸਟ ਆਪਸ਼ਨ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਚੂਸਣ ਲਈ ਦੂਸਰੀ ਹੈ ਟਰਾਂਸਫਾਰਮਰ ਦੇ ਤੇਲ ਨੂੰ ਫਿਲਟਰ ਕਰਨ ਲਈ ਤੀਸਰੀ ਹੈ ਬਾਹਰੋਂ ਆਉਣ ਵਾਲੀ ਹਵਾ ਨੂੰ ਠੰਡਾ ਕਰਨ ਲਈ ਚੌਥੀ ਹੈ ট্রান্সਫਾਰਮਰ ਦੇ ਤੇਲ ਨੂੰ ਆਕਸੀਜਨ ਦੇਣ ਲਈ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੂਸ ਲੈ ਆਪਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਜੀ क्वेश्चन नंबर है चार स्टेप अप ट्रांसफार्मर नाल की नदा है स्टेप अप ट्रांसफार्मर नाल की न है पावर पावर फैक्टर करंट वोल्टेज हाँ जी दोस्तों सो इसका जो राइट आंसर है जी वो है वोल्टेज ठीक है दोस्तों ऑप्शन सस्ता जो कि राइट आंसर है ठीक है जी चलो जी अब चलते हैं नेक्स्ट क्वेश्चन जी क्वेश्चन नंबर है पांच कह रहे करंट ट्रांसफार्मर हेठ रीख किस किस नाल वरत्या जाता है नाल है जी हाँ जी दोस्तों एम मीटर वाट मीटर वाट हवर मीटर उपरोक्त वो ਹਾਰੇ ਕਨਾ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਐਮੀਟਰ ਐਮੀਟਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਚੱਲਦੇ ਜੀ ਕੁਸਚਨ ਨੰਬਰ ਹੈ 6 ਪੰਜਾਬ ਵਿੱਚ ਬਿਜਲੀ ਦੀ ਫ੍ਰੀਕੁਐਂਸੀ ਕੀ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਜੇਰ ਦੋਸਤ ਪੇਪਰ ਦੀ ਤਿਆਰੀ ਕਰ ਰਹੇ ਹਨ ਤਤਵਚ ਹਨ ਉਹਨਾਂ ਨੂੰ ਪਤਾ ਹੀ ਹੈ ਜੀ ਸੋ ਇਸ ਦਾ ਰਾਈਟ ਆਨਸਰ ਹੈ ਜੀ 50 ਹਰਟਸ ਆਪਸ਼ਨ ਏਡੀ ਇਸ ਦਾ ਜੋ ਕਿ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚੱਲਦੇ ਹਾਂ ਜੀ ਕੁਐਸਚਨ ਨੰਬਰ ਹੈ 7 ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਆਪਣੇ ਘਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਜੀ ਵੋਲਟ एम्पीयर एमपीयर अवर जा किलो वट हाँ जी दोस्तों सो so, इसका जो राइट आंसर है जी वह है किलोवाट ठीक है दोस्तों चलिए जी नैक्सट क्वेश्चन पर चलो जी क्वेश्चन नंबर है अठ 66 केवी लाइन ਵਿੱਚ ਕਿਹੜੇ ਕਿਸਮ ਦੇ ਇਨਸਟਰੂਮੈਂਟ ਵਰਤੇ ਜਾਂਦੇ ਹਨ ਮੋਸਟ ਇਪੋਨੈਂਟ ਕੁਸਚਨ ਹੈ ਜੀ ਇਹ ਵਾਲਾ ਕਹਿ ਰਿਹਾ ਪਹਿਲਾ ਸ਼ੈਕਲ ਟਾਈਪ ਦੂਸਰਾ ਹੈ ਐਗ ਟਾਈਪ ਤੀਸਰਾ ਹੈ ਪੈਂਟ ਟਾਈਪ ਚੌਥਾ ਹੈ ਸਸਪੈਂਸ਼ਨ ਟਾਈਪ ਹਾਂ ਜੀ ਦੋਸਤੋ ਦੋਸਤੋ ਇਸ ਦਾ ਰਾਈਟ ਆਨਸਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਜੀ ਅਤੇ ਇਹ ਵੀ ਦੱਸਣਾ ਹੈ ਕਿੰਨੇ ਮੈਂ ਕੁਐਸਚਨ ਕਰਾਏ ਹਨ ਕਿੰਨੇ ਤੁਹਾਡੇ ਠੀਕ ਹੋਏ ਹਨ ਇੱਕ ਵਾਰ ਜ਼ਰੂਰ ਪਲੀਜ਼ ਜ਼ਰੂਰ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ ਇਸ ਦਾ ਆਨਸਰ ਅਤੇ ਕਿੰਨੇ ਤੁਹਾਡੇ ਸਹੀ ਆਨਸਰ ਹੋ ਗਏ ਹਨ ਵੀਡੀਓ ਨੂੰ ਹਾਲੇ ਤੱਕ ਵੀ ਤੁਸੀਂ ਜੇਕਰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ੇਅਰ ਜ਼ਰੂਰ ਕਰ ਦਿਓ ਜੀ ਐਂਡ ਕਮੈਂਟ ਤਾਂ ਤੁਸੀਂ ਜ਼ਰੂਰ ਕਰਨਾ ਹੀ ਕਰਨਾ ਜੀ ਜੇਕਰ ਤੁਸੀਂ ਸਾਡੇ ਯਾਰ ਤੋਂ 1200 ਦੇ ਕਰੀਬ ਟਾਪ ਦੇ ਐਮਸੀਕਿਊ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ 200 ਰੁਪਏ ਦੇ ਵਿੱਚ ਤੁਹਾਨੂੰ ਸਾਰੇ ਦੇ ਸਾਰੇ ਐਮ ਐਸ ਕਯੂ ਟੌਪ ਦੇ ਬੇਸਿਕ ਐਮ ਐਸ ਕਯੂ ਕੋ ਮਿਲਨੇਗੇ ਜੀ ਜਿਸ ਵਿੱਚ ਬਹੁਤ ਵਧੀਆ ਮਟੀਰੀਅਲ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਚਲੋ ਜੀ ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਆਮ ਤੌਰ ਤੇ ਕਰੰਟ ਨੂੰ ਲਿਮਿਟ ਕਰਨ ਲਈ ਵੋਲਟੇਜ ਨੂੰ ਲਿਮਿਟ ਕਰਨ ਲਈ ਪਾਵਰ ਫੈਕਟਰ ਨੂੰ ਲਿਮਿਟ ਕਰਨ ਲਈ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ करंट ਨੂੰ ਲਿਮਟ ਕਰ ਲਈ ਕੀ ਕਰ ਲਈ கரੰਟ ਨੂੰ ਲਿਮਟ ਕਰ ਲਈ ਠੀਕ ਹੈ ਦੋਸਤੋ ਚਲ ਗਿਆ ਜੀ ਨੈਕਸਟ ਕੁਸਚਨ ਤੇ ਚਲੋ ਜੀ ਕੁਸਚਨ ਨੰਬਰ ਹੈ 10 ਕਰ ਅਰਥ ਦੀ ਰਜਿਸਟਿਵਿਟੀ ਅਰਥ ਜਾਨਿਕ ਜ਼ਮੀਨ ਦੀ ਰਜਿਸਟਿਵਿਟੀ ਮਾਪਨ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਮੈਗਰ ਮੀਟਰ वोल्ट मीटर ਜਰਥ ਟੈਸਟਰ ਆ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਅਰਥ ਟੈਸਟਰ ਠੀਕ ਹੈ ਦੋਸਤੋ ਆਪਸ਼ਨ ਸ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸਰਤ ਨੇ ਲਗੀ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਜੀ ਵੀਡੀਓ ਨੂੰ ਆਲੇ ਤੱਕ ਲਾਈਕ ਨਹੀਂ ਕੀਤਾ ਤਾਂ ਲਾਈਕ ਜਰੂਰ ਕਰ ਦਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਪੀਡੀਐਫ ਲਈ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਆਫਰ ਚੱਲ ਰਿਹਾ ਹੈ ਇੱਕ ਆਫਰ ਹੈ ਓਨਲੀ 200 ਰੁਪਏ ਦੇ ਵਿੱਚ ਤੁਹਾਨੂੰ 1200 ਦੇ ਕਰੀਬ ਐਮਸੀਕਿਊ ਮਿਲਣਗੇ ਜੀ ਉਹ ਵੀ ਟਾਪ ਦੇ ਐਮਸੀਕਿਊ ਹੋਣਗੇ ਜੀ ਜਿਹੜੇ ਕਿ ਤੁਹਾਨੂੰ ਬਹੁਤ ਹੀ ਵਧੀਆ ਮਟੀਰੀਅਲ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਨ ਦਾ ਮੌਕਾ ਹੈ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ very much.